ਯਾ ਪਰਵਰਦਿਗਾਰ ਹਰ ਲਮਾ ਮਾਫ਼ੀ ਦਾ ਮਤਲਬਗਾਰ ਬਿਸਮਿਲ੍ਲਾਹਿ ਰਹਿਮਾਨ ਰਹੀਮ। ਕੁਝ ਸੱਚੀਆਂ ਅਤੇ ਕੁਝ ਕੌੜੀਆਂ ਗੱਲਾਂ ਦੇ ਨਾਲ ਤੁਹਾਡਾ ਭਾਈ ਤੁਹਾਡੀ ਖਿਦਮਤ 'ਚ ਹਾਜ਼ਰ ਅਤੇ ਸਲਾਮ ਅਰਜ਼ ਕਰਦਾ। ਤਿੰਨ ਚਾਰ ਖਬਰਾਂ ਜਿਹੜੀਆਂ ਇਹਦੇ 'ਤੇ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਬਾਕੀ ਜਿਹੜੀ ਕੋਈ ਟੈਕਨੀਕਲ ਖਬਰਾਂ ਵਾ ਉਹ ਦੂਸਰੀ ਉਰਦੂ ਵਾਲੀ ਵੀਡੀਓ 'ਚ ਕਰਾਂਗੇ। ਗੱਲ ਗੌਰ ਨਾਲ ਸਮਝਣ ਵਾਲੀ ਆ ਕਿ ਸਾਡੇ ਨਾਲ 28 ਮਹੀਨਿਆਂ ਦੇ ਵਿੱਚ ਸਾਡੇ ਨਾਲ ਕੀ ਹੋਇਆ ਔਰ ਆਵਾਮ ਨਾਲ ਕੀ ਹੋਇਆ, ਮੇਰੇ ਨਾਲ ਕੀ ਹੋਇਆ, ਤੁਹਾਡੇ ਨਾਲ ਕੀ ਹੋਇਆ ਅਤੇ ਇਸ ਪਾਕਿਸਤਾਨ ਦੇ ਨਾਲ ਕੀ ਹੋਇਆ, ਇਸ ਗੱਲ ਨੂੰ ਗੌਰ ਨਾਲ ਸਮਝਣਾ ਪੈਣਾ ਵਾ। ਇਹ 'ਤੇ ਡਿਸਕਸ ਕਰਦੇ ਹਾਂ। ਇੱਕ ਜਿਹੜੀ ਧਰਨਾ ਸਿਆਸਤ ਜਿਹੜੀ ਹੈ ਇਸਲਾਮਾਬਾਦ ਦੇ ਅੰਦਰ, ਉਹ ਅੰਦਰਖਾਨੇ ਕੀ ਕਹਾਣੀ ਆ, ਔਰ ਉਸ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ ਜਿਹੜੀ ਆ ਔਰ ਪਾਕਿਸਤਾਨ ਪੀਪਲ ਪਾਰਟੀ ਔਰ ਮਹਾਜਰਾਂ ਦੇ ਹਕੂਕ ਦੀ ਤਹਫ਼ ਕਰਨ ਵਾਲੀ MQM ਪਾਕਿਸਤਾਨ ਜਿਹੜੀ ਆ ਉਹਦਾ ਮੁਸਤਕਬਲ ਕਿੱਧਰ ਜਾਂਦਾ ਹੋਇਆ ਲੱਗਦਾ। ਨਿਜ਼ਾਮ ਜਿਹੜਾ ਵਾ ਇਹਦੇ 'ਚੋਂ ਸਭ ਤੋਂ ਪਹਿਲੇ ਗੱਲ ਛੇੜੀ ਜਾਵੇ ਤਾਂ ਉਹ ਇਹ ਆ ਕਿ ਧਰਨਾ ਇਹਨੂੰ ਕਿਸੇ ਨੂੰ ਪਹਿਲੇ ਛੇੜ ਲੈਂਦੇ ਹਾਂ ਕਿ ਇਮਰਾਨ ਖਾਨ ਸਾਹਿਬ ਦੀ ਪਾਰਟੀ ਜਿਹੜੀ ਆ ਜਦੋਂ ਦੀ ਇਹ ਹਕੂਮਤ ਆਈ ਆ ਜਾਂ ਜੋ 28-30 ਮਹੀਨਿਆਂ ਦੇ ਅੰਦਰ ਪਾਕਿਸਤਾਨ ਤਹਿਰੀਕ ਇਨਸਾਫ਼ 'ਤੇ ਜਿਹੜਾ ਕਹਿਰ ਨਾਜ਼ਲ ਹੋਇਆ ਉਹ ਹੁੰਦੇ 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 ਇਲੈਕਸ਼ਨ ਹੋ ਗਿਆ। 8 ਫਰਵਰੀ ਨੂੰ ਆਵਾਮ ਨੇ ਇਹਨਾਂ ਨੂੰ ਰਿਲੀਫ ਦਿੱਤਾ ਔਰ ਅਕਸਰੀਤੀ ਪਾਰਟੀ ਬਣਾਇਆ ਫਾਰਮ 47 ਦੇ ਤਹਿਤ। ਉਹ ਕਿਸ਼ਤੀ ਉਲਟਾ ਦਿੱਤੀ ਗਈ ਅਤੇ ਸਾਰੇ ਸਵਾਰ ਜਿਹੜੇ ਆ ਉਹਦੇ 'ਚੋਂ ਕੁਛ ਤਰ ਤੁਰ ਕੇ ਬਚ ਗਏ, ਕੁਛ ਜਿਹੜੇ ਆ ਉਹ ਡੁੱਬੇ ਫਿਰਦੇ ਹਜੇ। ਉਹ ਇਸ ਇੰਤਜ਼ਾਰ 'ਚ ਆ ਕੇ ਕੋਈ ਜਿਹੜੀ ਆ ਜਿਹਨਾਂ ਨੂੰ ਤੈਰਾਕ ਕਿਹਾ ਜਾਂਦਾ ਉਹ ਤੈਰਾਕ ਆਉਣਗੇ ਅਤੇ ਸਾਨੂੰ ਜਿਹੜਾ ਉੱਥੋਂ ਕੱਢਣਗੇ। ਤੈਰਾਕ ਹੈਗੀ ਇਸ ਟਾਈਮ ਅਦਲੀਆ, ਉਹ ਉਹਨਾਂ ਦੇ ਜਿਹੜੇ ਕੇਸਿਸ ਆ ਉਹ ਸੁਣ ਰਹੀ ਆ, ਕਿਆ ਉਹਨਾਂ ਨੂੰ ਰਿਲੀਫ ਮਿਲਦਾ ਜਾਂ ਨਹੀਂ ਮਿਲਦਾ। ਇਹ ਸਾਰੀਆਂ ਗੱਲਾਂ ਪਾਕਿਸਤਾਨ ਤਹਿਰੀਕ ਇਨਸਾਫ਼ ਉਮੀਦ ਲਾਈ ਬੈਠੀ ਆ ਔਰ ਪਾਕਿਸਤਾਨ ਤਹਿਰੀਕ ਇਨਸਾਫ਼ 5-4 ਦਿਨ ਬਾਅਦ ਇੱਕ ਦਰਖਾਸਤ ਦੇ ਦਿੰਦੀ ਆ ਕਿ ਸਾਨੂੰ ਜਲਸੇ ਦੀ ਇਜਾਜ਼ਤ ਦੇ ਦਿੱਤੀ ਜਾਵੇ। ਇਹ ਦਫ਼ਾ 144 ਲਾ ਦਿੰਦੇ ਆ। ਪੰਜਾਬ ਦੀ ਜਿਹੜੀ ਕਿਆਦਤ ਆ ਉਹ ਕਹਿੰਦੀ ਸਾਨੂੰ ਬਹਾਨਾ ਮਿਲ ਗਿਆ, ਅੱਗੇ 9 ਮਹੀਨੇ ਹੋਇਆ, ਨਵਾਂ 9 ਮਹੀਨਾ ਹੋ ਜਾਵੇ। ਗੱਲ ਉਹਨਾਂ ਦੀ ਵੀ ਸਹੀ ਆ, ਦੂਧ ਕਾ ਜਲਾ ਛਾਛ ਕੋ ਵੀ ਫੂਕ ਫੂਕ ਕਰ ਪੀਤਾ। ਅਗਰ ਤੁਸੀਂ ਇਸ ਚੀਜ਼ ਨੂੰ ਦੇਖੋ ਕਿ ਇਮਰਾਨ ਖਾਨ ਸਾਹਿਬ ਅਗਰ ਖੁਦ ਬਜ਼ਾਤੇ ਖੁਦ ਜੇਲ੍ਹ ਤੋਂ ਬਾਹਰ ਹੁੰਦੇ, ਆਜ਼ਾਦ ਹੁੰਦੇ ਅਤੇ ਇਹ ਪਾਬੰਦੀ ਲੱਗਦੀ ਤਾਂ ਕਿਆ ਇਮਰਾਨ ਖਾਨ ਸਾਹਿਬ ਉਹ ਆਪਣਾ ਜਲਸਾ ਜਾਂ ਆਪਣੀ ਰੈਲੀ ਜਿਹੜੀ ਆ ਉਹਨੂੰ ਮੁਲਤਵੀ ਕਰਦੇ? ਜੇ ਅੱਜ ਨਹੀਂ ਕੀਤੀ ਤਾਂ ਅਗਲੇ ਦਿਨ ਉਹ ਜ਼ਰੂਰ ਕਰ ਜਾਣਗੇ। ਲੇਕਿਨ ਇਹਨਾਂ ਦੇ ਉੱਤੇ ਜੋ ਕੁਛ ਹੋਇਆ ਵਾ ਵਿਚਾਰਿਆਂ ਦੇ ਨਾਲ, ਇਹ ਵੀ ਡਰੇ ਹੋਏ ਆ, ਇਸ ਵਾਸਤੇ ਇਹਨਾਂ 'ਤੇ ਬਹੁਤਾ ਬਲੇਮ ਵੀ ਨਹੀਂ ਦੇਣਾ ਚਾਹੀਦਾ। ਲੇਕਿਨ ਅਗਰ ਤੁਸੀਂ ਇਸਲਾਮਾਬਾਦ ਦੀ ਸਿਆਸਤ ਜਿਹੜੀ ਨਵੀਂ ਸ਼ੁਰੂ ਹੋਈ ਆ ਉਹਦੇ ਤਹਿਰੀਕੇ ਲੱਭੈ ਕੇ ਇੱਕ ਪਾਕੀਜ਼ਾ ਮਕਸਦ ਲੈ ਕੇ ਆਈ ਆ ਔਰ ਬਹੁਤ ਮਹੀਨਿਆਂ ਤੋਂ 8-9 ਮਹੀਨੇ ਤੋਂ ਬਾਅਦ ਉਹਨਾਂ ਨੂੰ ਜਾਗ ਆਈ ਕਿ ਫਲਸਤੀਨ ਦੇ ਉੱਤੇ ਜ਼ੁਲਮ ਹੋ ਰਿਹਾ, ਫਲਸਤੀਨੀਆਂ ਦੇ ਮੁਤਲਕ ਜਿਹੜੀ ਕਰਾਰਦਾਦ ਦੇ 3-4 ਨੁਕਾਤ ਪੇਸ਼ ਕੀਤੇ। ਫਲਸਤੀਨੀ ਵਿਚਾਰੇ 40,000 ਮਰ ਗਏ, ਫਲਸਤੀਨ ਦੇ ਮੁਲਕ ਦੇ ਅੰਦਰ ਕੋਹਰਾਮ ਮਚ ਗਿਆ। ਹਸਪਤਾਲ, ਸਕੂਲ, ਕੋਈ ਸ਼ੈ ਨਾ ਬਚੀ, ਨਾ ਬੱਚਾ ਬਚਿਆ, ਨਾ ਔਰਤ ਬਚੀ, ਨਾ ਮਰਦ ਬਚੇ, ਨਾ ਬੁੱਢਾ ਬਚਿਆ, ਨਾ ਉਹਨਾਂ ਨੂੰ ਅਮਦਾਦ ਦੇਣ ਵਾਲੇ ਲੋਕ ਜਿਹੜੇ ਆ ਉਹ ਬਚੇ। ਉਹ ਮਖਸੂਸ ਟਾਈਮ ਦੇ ਉੱਤੇ ਬਾਹਰ ਆਏ, 3 ਦਿਨ ਵਾਸਤੇ ਧਰਨਾ ਦਿੱਤਾ, ਰਿਲੈਕਸ ਦਾ ਜਿਹੜਾ ਤਮਗਾ ਉਹ ਲਾਇਆ, ਪੁਲਿਸ ਜਿਹੜੀ ਉਹਨਾਂ ਨੂੰ ਫੈਸਿਲੀਟੇਟ ਕੀਤਾ ਔਰ ਉਸ ਤੋਂ ਬਾਅਦ ਉਹ ਵਾਪਸ ਚਲੇ ਗਏ। ਉਸ ਤੋਂ ਬਾਅਦ ਤੇ ਜਮਾਤੇ ਇਸਲਾਮੀ ਸਿਰਾਜੁਲ ਹੱਕ ਸਾਹਿਬ ਜਿਹੜੇ ਆ ਉਹ ਇੱਕ ਮੀਡੀਏਟਰ ਦਾ ਕਿਰਦਾਰ ਇਮਰਾਨ ਖਾਨ ਸਾਹਿਬ ਦਾ ਅਦਾ ਕਰਦੇ ਆਏ। ਜਦੋਂ ਫਿਰ ਕਿਆਦਤ ਬਦਲ ਗਈ, ਫਿਰ ਇਲੈਕਸ਼ਨ ਹੋਇਆ, ਬਿਆਨਾਤ ਦੀ ਹੱਦ ਤੱਕ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ। ਜਦੋਂ ਫਾਰਮ 45 ਮੰਗਣ ਦੀ ਵਾਰੀ ਆਈ ਰਾਵਲਪਿੰਡੀ ਇਸਲਾਮਾਬਾਦ ਦੇ ਹਲਕਿਆਂ ਦੇ ਵਿੱਚ, ਅਤੇ ਜਮਾਤੇ ਇਸਲਾਮੀ ਨੇ ਕਹਿਤਾ ਕਿ ਸਰ ਉਹ ਰਾਹ ਤੁਹਾਡਾ, ਆ ਸਾਡਾ, ਜੱਟ ਜਾਣੇ ਅਤੇ ਬਿਜੂ ਜਾਣੇ ਤੁਸੀਂ ਜਾਣੋ ਅਤੇ ਅਗਲੇ ਘਰ ਵਾਲੇ ਜਾਣਨ, ਜੇ ਤੁਹਾਨੂੰ ਲੱਭਦੇ ਤਾਂ ਕਿਤੋਂ ਕਰਾ ਲਓ, ਅਸੀਂ ਤੁਹਾਨੂੰ ਫਾਰਮ 45 ਜਿਹੜੇ ਨਹੀਂ ਦੇਣੇ। ਔਰ ਇਸ ਤੋਂ ਬਾਅਦ ਉਹਨਾਂ ਨੇ ਆ ਬਿਜਲੀ ਵਾਲਾ ਇਸ਼ੂ, IDPPs ਵਾਲਾ ਜਿਹੜਾ ਇਸ਼ੂ, ਇਹਨੂੰ ਖੜ੍ਹਾ ਕੀਤਾ। ਖੜ੍ਹਾ ਕਰਕੇ ਪੂਰਾ KPK 'ਚੋਂ ਇਕੱਠੇ ਕੀਤੇ ਬੰਦੇ, ਪੰਜਾਬ 'ਚੋਂ ਇਕੱਠੇ ਕੀਤੇ, ਕਰਾਚੀ 'ਚੋਂ ਇਕੱਠੇ ਕੀਤੇ ਕਰਕੇ ਅਤੇ ਆ ਗਏ। ਇਹਨਾਂ ਨੇ ਕੰਟੇਨਰ ਲਾ ਕੇ ਦੱਸਿਆ, ਕੰਟੇਨਰ ਲਾ ਕੇ ਸ਼ਹਿਰ ਬੰਦ ਕੀਤਾ, ਹਰ ਚੀਜ਼ ਕੀਤੀ, ਗ੍ਰਿਫਤਾਰੀਆਂ ਕੀਤੀ। ਕਿਉਂ? ਅਗਰ ਉਹਨਾਂ ਨੂੰ ਆਸਾਨੀ ਆਉਣ ਦਿੱਤਾ ਜਾਂਦਾ ਤਾਂ ਫਿਰ ਤਾਂ ਵਜ੍ਹਾ ਬਣ ਜਾਣੀ ਸੀ, ਕੱਲ੍ਹ ਨੂੰ ਪਾਕਿਸਤਾਨ ਤਹਿਰੀਕ ਇਨਸਾਫ਼ ਮੌਜੂਦ ਅਦਲੀਆ ਦੇ ਦਰਖਾਸਤ ਦੇ ਦਿੰਦੀ ਕਿ ਇਹਨਾਂ ਨੂੰ ਫੈਸਿਲੀਟੇਟ ਕੀਤਾ ਗਿਆ ਔਰ ਜਿੱਦਾਂ ਤਹਿਰੀਕ ਲੱਭੈਕ ਨੂੰ ਕਹਿਤਾ ਗਿਆ ਰਿਲੈਕਸ, ਇਹਨਾਂ ਨੂੰ ਵੀ ਕਿਹਾ ਉਹਨਾਂ ਨੇ ਕਿ ਰਿਲੈਕਸ ਜਿਹੜਾ ਕਰੋ ਤੁਸੀਂ, ਉਹਨਾਂ ਦੇ ਬੰਦੇ ਵੀ ਛੱਡ ਦਿੱਤੇ।
ਤਕਰੀਰਾਂ ਵੀ ਹੋ ਗਈਆਂ, ਨੇਮੁਰ ਰਹਿਮਾਨ ਸਾਹਿਬ ਨੇ ਤਕਰੀਰ ਕੀਤੀ, ਮੁਲਾਕਾਤਾਂ ਵੀ ਕੀਤੀਆਂ ਔਰ ਇੱਕ ਜਗ੍ਹਾ 'ਤੇ ਧਰਨਾ ਦੇ ਕੇ ਬਹਿ ਗਏ ਕਿ ਆਹ IDPPs ਜਿਹੜੇ ਆ ਇਹਨਾਂ ਦਾ ਜਿਹੜਾ ਕੋਈ ਅੰਜਾਮ ਕੀਤਾ ਜਾਵੇ, ਬਿਜਲੀ ਦੇ ਬਿੱਲ ਕੱਟ ਕੀਤੇ ਜਾਣ। ਉਹ ਕਿਆ ਬਿਜਲੀ ਦੇ ਬਿੱਲ ਕੱਟ ਹੋਣਗੇ ਜਾਂ ਪਾਕਿਸਤਾਨ ਜਮਾਤ ਇਸਲਾਮੀ ਜਿਹੜੀ ਆ ਉਹ ਇੰਨੀ ਪਾਵਰ ਰੱਖਦੀ ਆ ਕਿ ਉਹ ਕੁਛ ਕਰ ਲੈਣ? ਲੇਕਿਨ ਇੱਕ ਅਲਾਮਤੀ ਤੌਰ 'ਤੇ ਹਕੂਮਤ ਨੂੰ ਦੱਸਿਆ ਗਿਆ ਕਿ ਆਹ ਵੀ ਕੰਮ ਹੋ ਸਕਦਾ, ਗੱਲ ਨੂੰ ਜ਼ਰਾ ਸਮਝਣ ਦੀ ਜ਼ਰੂਰਤ ਆ। ਉਸ ਤੋਂ ਬਾਅਦ ਜਿਹੜੀ ਸਭ ਤੋਂ ਬੜੀ ਪਾਰਟੀ ਆ ਮੁੱਲਾ ਗਰੁੱਪ ਦੇ ਵਿੱਚ, ਉਹ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਦੀ ਪਾਰਟੀ ਆ। ਉਹਨਾਂ ਵਾਸਤੇ ਹਰ ਚੀਜ਼ ਜਿਹੜੀ ਆ ਓਪਨ ਆ, ਉਹ ਜਿੱਥੇ ਧਰਨਾ ਦੇ ਲੈਣ, ਜਿੱਥੇ ਜੋ ਮਰਜ਼ੀ ਕਰ ਲੈਣ, ਅਸੈਂਬਲੀ ਤਕਰੀਰ ਖੁੱਲ੍ਹ ਕੇ ਕਰ ਲੈਣ, ਕਿਸੇ ਤਾਕਤਵਰ ਹਲਕੇ ਨੂੰ ਜਿਹੜਾ ਉਹ ਸਖ਼ਤ ਤੋਂ ਸਖ਼ਤ ਪੈਗਾਮ ਦੇ ਦੇਣ, ਉਹਨਾਂ ਵਾਸਤੇ ਰਿਲੈਕਸ ਆ। ਇਹ ਸਾਰੇ ਕੰਮ ਕਿਉਂ ਹੋ ਰਹੇ ਆ? ਹਾਲੀਆ ਦਿਨਾਂ 'ਚ ਇੱਕ ਜ਼ਿਮਨੀ ਇਲੈਕਸ਼ਨ ਹੋਇਆ KPK ਦੇ ਅੰਦਰ, ਉਹ ਅਪਰ ਸਾਈਡ ਦੇ ਉੱਤੇ ਉਹ ਇੱਕ ANP ਦਾ ਜਿਹੜਾ ਉੱਥੇ ਕੈਂਡੀਡੇਟ ਸੀ ਉਹਨੇ ਬੜਾ ਜਿਹੜਾ ਧਮਾਕੇਦਾਰ ਸਖ਼ਤ ਕਿਸਮ ਦਾ ਸਟਾਂਸ ਲਿਆ, ਯਾਨੀ ਆਪਣੇ ਆਪ 'ਚੋਂ ਇਮਰਾਨ ਖਾਨ ਸਾਹਿਬ ਵਾਂਗੂ ਜਾਂ ਜਿਹੜਾ ਸਾਬਕਾ ਨਵਾਜ਼ ਸ਼ਰੀਫ ਸਾਹਿਬ ਜਿੱਦਾਂ ਗੁਜਰਾਂ ਵਾਲੇ 'ਚ ਹੁੰਦੇ ਸੀ ਉੱਦਾਂ ਦੇ ਉਹਨੇ ਬਣਿਆ, ਔਰ ਉੱਦਾਂ ਦਾ ਬਿਆਨੀ ਅਖਤਿਆਰ ਕੀਤਾ। ਕਰਨ ਤੋਂ ਬਾਅਦ ਉੱਥੇ ਲੋਕਾਂ ਦੀ ਹਮਦਰਦੀ ਲਈ ਤਾਂ ਉਹ ਵੋਟ ਲੈ ਗਿਆ ਔਰ ਜਿੱਤ ਗਿਆ। ਕੰਡਾਪੁਰ ਸਾਹਿਬ ਵਜ਼ੀਰੇ ਵਾਲਾ ਅਤੇ ANP ਉੱਥੋਂ ਸੀਟ ਕੱਢ ਗਈ, ਹਲਕਾ ਉਹ ਸੀ ਪਾਕਿਸਤਾਨ ਤਹਿਰੀਕੇ ਇਨਸਾਫ਼ ਦਾ। ਇਹ ਬੜੀ ਸੋਚਣ ਵਾਲੀ ਗੱਲ ਆ, ਲੇਕਿਨ ਚਲੋ ਉਹ ਹੋਇਆ। ਇਸ ਮੈਂ ਇੱਕ ਵੀਡੀਓ ਕੀਤੀ ਸੀ ਜਿਹਦੇ 'ਚ ਮੈਂ ਦੱਸਿਆ ਸੀ ਕਿ ਮੌਲਾਨਾ ਸਾਹਿਬ ਇਨਕਲਾਬੀ ਹੋਏ ਜਾਂ ਕੀਤੇ ਗਏ। ਹੁਣ ਇਹ ਜਿਹੜਾ ਟ੍ਰੈਂਗਲ ਆ ਤਹਿਰੀਕੇ ਲਬੈਕ ਦਾ, ਜਮਾਤ ਇਸਲਾਮੀ ਦਾ, ਮੌਲਾਨਾ ਸਾਹਿਬ ਦਾ, ਇਹਨਾਂ ਨੂੰ ਤਿਆਰ ਕੀਤਾ ਜਾ ਰਿਹਾ, ਜੋ ਮੇਰੀ ਸੋਚ ਆ ਇਹਨਾਂ ਨੂੰ ਤਿਆਰ ਕੀਤਾ ਜਾ ਰਿਹਾ ਕਿ ਮਜ਼ਾਹਮਤੀ ਸਿਆਸਤ ਕਰੋ ਔਰ KPK ਦੇ ਅੰਦਰ ਇਹਨਾਂ ਤਿੰਨਾਂ ਪਾਰਟੀਆਂ ਦਾ ਹੋਲਡ ਜਿਹੜਾ ਜ਼ਿਆਦਾ KPK ਦੇ ਅੰਦਰ ਆ। ਕੁਛ ਪੰਜਾਬ 'ਚ ਵੀ ਸੀਟਾਂ ਇਹਨਾਂ ਦੀਆਂ ਹੈਗੀਆਂ ਵਾਂ, ਔਰ ਕੁਛ ਕਰਾਚੀ ਦੇ ਵਿੱਚ ਹੈਗੀਆਂ, ਕੁਛ ਅੰਦਰੂਨੇ ਸਿੰਧ ਹੈਗੀਆਂ। ਯਾਨੀ ਜਿੱਥੇ ਜਿੱਥੇ ਵੀ ਆ ਚੋਗਾ ਚੁਣ ਕੇ ਤੁਸੀਂ ਇਕੱਠਾ ਕਰਨਾ, KPK 'ਤੇ ਫੋਕਸ ਕਰਨਾ। ਇਹਨਾਂ ਨੂੰ ਜ਼ਰਾ ਬੋਲਣ ਦੀ ਵੀ ਇਜਾਜ਼ਤ ਦਿੱਤੀ ਗਈ, ਧਰਨੇ ਵੀ ਦੀ ਇਜਾਜ਼ਤ ਦਿੱਤੀ ਗਈ, ਔਰ ਉਸ ਤੋਂ ਬਾਅਦ ਆਉਣ ਵਾਲਾ ਜਿਹੜਾ ਵਕਤ ਆ ਉਹਦੇ ਵਿੱਚ ਇਹ ਪਾਕਿਸਤਾਨ ਤਹਿਰੀਕੇ ਇਨਸਾਫ਼ ਦਾ ਮੁਤਬਾਦਲ ਤਿਆਰ ਕੀਤਾ ਜਾ ਰਿਹਾ ਕਿ ਜਿਹੜਾ ਹੋਲਡ ਕੀਤਾ ਹੋਇਆ ਤਿੰਨ ਗੁਜ਼ਸ਼ਤਾ 15 ਸਾਲ ਤੋਂ, ਜਿੱਦਾਂ ਪਾਕਿਸਤਾਨ ਪੀਪਲ ਪਾਰਟੀ ਨੇ ਸਿੰਧ 'ਤੇ ਕਬਜ਼ਾ ਕੀਤਾ, ਪਾਕਿਸਤਾਨ ਤਹਿਰੀਕੇ ਇਨਸਾਫ਼ ਜਿਹੜੀ ਆ ਉਹ ਅਕਸਰੀਤੀ ਪਾਰਟੀ ਰਹੀ ਆ ਗੁਜ਼ਸ਼ਤਾ ਤਿੰਨਾਂ ਇਲੈਕਸ਼ਨਾਂ ਦੇ ਵਿੱਚ KPK ਦੇ ਅੰਦਰ, ਔਰ ਇਸ ਟਾਈਮ ਜਿਹੜੀ ਪਾਕਿਸਤਾਨ ਤਹਿਰੀਕੇ ਇਨਸਾਫ਼ ਆ ਉਹ ਇੱਕ ਅੱਖ ਨਹੀਂ ਬੰਦੀ ਨਾ ਮੌਜੂਦਾ ਹਕੂਮਤ ਨੂੰ ਨਾ ਹੋਰ ਲੋਕਾਂ ਨੂੰ, ਗੋ ਕਿ ਬੈਰੂਨੇ ਮੁਲਕ ਜਿਹੜੀ ਆ ਇਮਰਾਨ ਖਾਨ ਸਾਹਿਬ ਦੇ ਮੁਤਲਕ ਜਿਹੜੀਆਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ, ਔਰ ਉਹਦਾ ਨਤੀਜਾ ਆਉਣ ਵਾਲੇ ਵਕਤ 'ਚ ਤੁਹਾਨੂੰ ਨਜ਼ਰ ਆਏਗਾ। ਇਮਰਾਨ ਖਾਨ ਸਾਹਿਬ ਆਹਿਸਤਾ ਆਹਿਸਤਾ ਆਪਣੇ ਤੁਰਬ ਦੇ ਪੱਤੇ ਖੇਲਦੇ ਹੋਏ ਨਜ਼ਰ ਆ ਰਹੇ ਹੈ। ਇੱਕ ਪੈਗਾਮ ਉਮਰ ਅਯੂਬ ਸਾਹਿਬ ਨੇ ਦਿੱਤਾ ਸੀ, ਇੱਕ ਪੈਗਾਮ ਅਲੀਮਾ ਖਾਨ ਸਾਹਿਬ ਨੇ ਦਿੱਤਾ, ਔਰ ਉਸ ਤੋਂ ਬਾਅਦ ਹਲਚਲ ਮੱਚ ਗਈ ਪੂਰਾ ਪਾਕਿਸਤਾਨ ਦੇ ਅੰਦਰ, PDM ਗਰੁੱਪ ਦੇ ਅੰਦਰ ਮੱਚ ਗਈ ਕਿ ਇਮਰਾਨ ਖਾਨ ਸਾਹਿਬ ਜਿਹੜੇ ਡੀਲ ਵਾਲੇ ਪਾਸੇ ਨੂੰ ਆ ਗਏ। ਇਹ ਫੈਸਲਾ ਮੇਰੀ ਕੌਮ ਕਰ ਲਏ, ਜੇ ਉਹਨੇ ਡੀਲ ਕਰਨੀ ਹੁੰਦੀ ਤਾਂ ਉਹਨੇ ਇੱਕ ਸਾਲ ਜੇਲ੍ਹ 'ਚ ਕਿਉਂ ਰਹਿਣਾ ਸੀ? ਬਹਰਹਾਲ ਕਿ ਇਹ ਇੱਕ ਟ੍ਰੈਂਗਲ ਤਿਆਰ ਕੀਤੀ ਜਾ ਰਹੀ ਹੈ, ਟ੍ਰੈਂਗਲ ਤਿਆਰ ਕਰਕੇ ਅਗਲੀ ਜਿਹੜੀ ਕਾਰਵਾਈ ਆ ਜਾਲ ਬੁਣਿਆ ਜਾ ਰਿਹਾ। ਫਿਰ ਇਹ ਸਾਰੇ ਜਿੱਦਾਂ PDM ਦੇ ਸਾਰੇ, ਜਦੋਂ ਇਮਰਾਨ ਖਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਜਦੋਂ ਮੇਰੀ ਹਕੂਮਤ ਆਏਗੀ ਸਾਰੇ ਇਕੱਠੇ ਹੋ ਜਾਣਗੇ, ਔਰ ਹੋ ਗਏ। ਜਿਹੜੀ ਗੱਲ ਉਹਨਾਂ ਨੇ ਕਿ ਮੈਂ ਜੇਲ੍ਹ 'ਚ ਜਾਵਾਂਗਾ, ਨਵਾਜ਼ ਸ਼ਰੀਫ ਸਾਹਿਬ ਆਉਣਗੇ, ਮੈਂ ਜੇਲ੍ਹ 'ਚ ਬਹਿ ਕੇ ਇਲੈਕਸ਼ਨ ਜਿੱਤਾਂਗਾ, ਸਾਰੀ ਗੱਲਾਂ ਉਹਨਾਂ ਨੇ ਜਿਹੜੀਆਂ ਪ੍ਰੈਡਿਕਸ਼ਨ ਕੀਤੀਆਂ ਉਹ ਸਹੀ ਹੋਈਆਂ, ਮੇਰੀ ਪਾਰਟੀ ਤੋੜੀ ਜਾਏਗੀ, ਮੇਰੇ 'ਤੇ ਆਹ ਕੁਛ ਹੋਏਗਾ, ਉਦਾਂ ਉਦਾਂ ਹੀ ਹੋਇਆ। ਇਸੇ ਤਰ੍ਹਾਂ ਹੀ ਉਹ ਕਹਿੰਦੇ ਸੀ ਕਿ ਇਕੱਠੇ ਹੋ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ। KPK ਜਿਹੜਾ ਫੋਕਸ ਆ ਇਸ ਟਾਈਮ ਸਭ ਦੇ ਨਜ਼ਰ 'ਚ ਕਿ ਇੱਥੋਂ ਜਿਹੜਾ ਵਾ ਉਹ ਕੰਮ ਜਿਹੜਾ ਉਹ ਇਕੱਠਾ ਕੀਤਾ ਜਾਵੇ, ਪਾਕਿਸਤਾਨ ਤਹਿਰੀਕੇ ਇਨਸਾਫ ਦੀ ਸਿਆਸਤ ਜਿਹੜੀ ਉਹਨੂੰ ਡਾਊਨ ਕੀਤਾ ਜਾਵੇ। ਮੇਰੇ ਹਿਸਾਬ ਦੇ ਮੁਤਾਬਕ ਇਹ ਪ੍ਰੀ ਪਲੈਨ ਆ, ਜਿਹੜਾ ਤਹਿਰੀਕੇ ਲਬੈਕ ਆਈ ਵਾਪਸ ਚਲੀ ਗਈ, ਜਮਾਤ ਇਸਲਾਮੀ ਆਈ 3 ਦਿਨ 5 ਦਿਨ 10 ਦਿਨ ਬੈਠੇਗੀ, ਉਸ ਤੋਂ ਬਾਅਦ ਵਾਪਸ ਚਲੀ ਜਾਏਗੀ, ਫਿਰ ਕਹਿ ਜਾਣਗੇ ਕਿ ਅਸੀਂ ਵਾਪਸ ਆਵਾਂਗੇ, ਫਿਰ ਮੌਲਾਨਾ ਸਾਹਿਬ ਆਉਣਗੇ, ਉਹ ਆਪਣਾ ਸ਼ੋ ਲਾਉਣਗੇ, ਫਿਰ ਉਹ ਜਿੰਨੇ ਦਿਨ ਵੀ ਆਪਣੀ ਕਾਰਵਾਈ ਪਾਉਣਗੇ ਵਾਪਸ ਚਲੇ ਜਾਣਗੇ, ਫਿਰ ਇਹ ਇੱਕ ਇਲਹਾਕ ਹੋਏਗਾ ਜੋ ਮੇਰੀ ਸੋਚ ਕਹਿੰਦੀ ਆ। ਉਸ ਤੋਂ ਬਾਅਦ ਇਹ ਤਿੰਨ ਪਾਰਟੀਆਂ ਇਕੱਠੀਆਂ ਹੋਣਗੀਆਂ, ਔਰ ਇਕੱਠੀਆਂ ਹੋਣ ਤੋਂ ਬਾਅਦ ਇੱਕ ਮਜ਼ਬੂਤ ਇਤਿਹਾਦ ਬਣਾ ਕੇ ਫਿਰ ਇਹ KPK 'ਤੇ ਹਮਲਾਵਰ ਵੀ ਹੋਣਗੇ, KPK 'ਚ ਆਵਾਮ ਦਾ ਵੋਟ ਵੀ ਇਕੱਠਾ ਕਰਨ ਦੀ ਕੋਸ਼ਿਸ਼ ਕਰਨਗੇ, ਔਰ ਪਾਕਿਸਤਾਨ ਦੇ ਅੰਦਰ
ਜਿਹੜੇ ਲੋਕ ਇਮਰਾਨ ਖਾਨ ਸਾਹਿਬ ਦੇ ਮੁਖਾਲਫ ਆ ਉਹਨਾਂ ਦੀ ਗਾਈਡਲਾਈਨ 'ਤੇ ਚੱਲਦੇ ਹੋਏ ਜਿਹੜੀ ਆ ਅਗਲਾ ਕੰਮ ਕੀਤਾ ਜਾਏਗਾ। ਅਗਰ ਇਲੈਕਸ਼ਨ ਆਏਗਾ ਅਤੇ ਜਿਹੜਾ ਇਮਰਾਨ ਖਾਨ ਸਾਹਿਬ ਕਹਿੰਦੇ ਆ ਇਲੈਕਸ਼ਨ ਆ ਜਾਏ, ਜਾਂ ਜਿਹੜਾ ਖਵਾਜਾ ਅਸਦ ਸਾਹਿਬ ਵੀ ਕਹਿੰਦੇ ਮੈਨੂੰ ਇਲੈਕਸ਼ਨ ਹੁੰਦਾ ਦਿਸਦਾ ਵਾ, ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਇਹ ਫਿਰ ਤੁਹਾਨੂੰ ਨਜ਼ਰ ਆਏਗਾ ਕਿ KPK ਦੇ ਵਿੱਚ ਕਿੱਦਾਂ ਪਾਕਿਸਤਾਨ ਤਹਿਰੀਕ ਇਨਸਾਫ ਦਾ ਤੋੜ ਕੀਤਾ ਗਿਆ। ਹੁਣ ਅਸੀਂ ਆਉਂਦੇ ਹਾਂ ਜੀ ਪਾਕਿਸਤਾਨ ਮੁਸਲਿਮ ਲਈਗ, ਪਾਕਿਸਤਾਨ ਪੀਪਲ ਪਾਰਟੀ ਅਤੇ ਪਾਕਿਸਤਾਨ ਦੀ ਮਹਾਜਰਾਂ ਦੀ ਹਕੂਕ ਦੀ ਮੁਹਾਫਜ਼ MKM ਜਿਹੜੀ ਆ ਉਹਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਮਰਾਨ ਖਾਨ ਸਾਹਿਬ ਦੇ ਉੱਤੇ ਇਹਨਾਂ ਨੂੰ ਬਹੁਤ ਗੁੱਸਾ ਵਾ, ਇਮਰਾਨ ਖਾਨ ਸਾਹਿਬ ਨੂੰ ਸਮਝਦੇ ਆ ਕਿ ਇਹਨੇ ਸਾਡੇ ਨਾਲ ਜੋ ਕੁਛ ਕੀਤਾ, ਸਾਨੂੰ ਜਿਹੜਾ ਖਰਾਬ ਕੀਤਾ ਇਸ ਬੰਦੇ ਨੇ ਕੀਤਾ, ਸਾਡੀ ਸਿਆਸਤ ਖਰਾਬ ਇਹਨੇ ਕੀਤੀ। ਹਾਲਾਂਕਿ ਜਿੰਨੇ FIR ਆ, ਜਿੰਨੇ ਮੁਕੱਦਮਾਤ ਆ ਉਹ ਇਹਨਾਂ ਨੇ ਆਪਸ ਇੱਕ ਦੂਜੇ ਦੇ ਉੱਤੇ ਕੀਤੇ ਸੀ, ਪੁਰਾਣੇ ਮੁਕੱਦਮਾ ਸੀ ਨੈਬ ਦੇ ਵਿੱਚ ਜਿਹੜੇ ਇਮਰਾਨ ਖਾਨ ਸਾਹਿਬ ਦੇ ਦੌਰ 'ਚ ਐਕਟਿਵ ਹੋਏ, ਔਰ ਸਭ ਤੋਂ ਜ਼ਿਆਦਾ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਨੈਬ ਨੇ ਪੈਸਾ ਇਕੱਠਾ ਕੀਤਾ। ਇਮਰਾਨ ਖਾਨ ਸਾਹਿਬ ਦੇ ਦੌਰ ਦੇ ਵਿੱਚ ਸਭ ਤੋਂ ਜ਼ਿਆਦਾ ਤਰੱਕੀ ਕੀਤੀ ਜਿਹੜੀ ਬਗੈਰ ਫੌਜੀ ਅਮਦਾਦ ਤੋਂ ਜਾਂ ਬਗੈਰ ਅਮਰੀਕਾ ਦੀ ਅਮਦਾਦ ਤੋਂ ਜਾਂ ਦੂਸਰੇ ਤੀਸਰੇ ਮੁਮਾਲਿਕ ਦੀ ਅਮਦਾਦ ਤੋਂ ਬਗੈਰ ਇਮਰਾਨ ਖਾਨ ਸਾਹਿਬ ਦੇ ਦੌਰ ਦੇ ਵਿੱਚ ਕੀਤੀ। ਜਿਹੜੀ ਜ਼ਰਾਤ ਆ ਉਹਨੂੰ ਤਰੱਕੀ ਇਮਰਾਨ ਖਾਨ ਸਾਹਿਬ ਦੇ ਦੌਰ 'ਚ ਮਿਲੀ, ਹਾਲਾਂਕਿ ਕੋਰੋਨਾ ਵੀ ਆਇਆ, ਆਵਾਮ ਨੂੰ ਸਹੂਲਤ ਜਿਹੜੀ ਮਿਲੀ ਉਹ ਇਮਰਾਨ ਖਾਨ ਸਾਹਿਬ ਦੇ ਦੌਰ 'ਚ ਮਿਲੀ। ਟੈਕਸਟਾਈਲ ਇੰਡਸਟਰੀ ਨੇ ਜੰਪ ਕੀਤਾ ਉਹ ਇਮਰਾਨ ਖਾਨ ਸਾਹਿਬ ਦੇ ਦੌਰ 'ਚ ਕੀਤਾ। ਬਹੁਤ ਸਾਰੇ ਕੰਮ ਜਿਹੜੇ ਆ ਉਹ ਡੈਮ ਬਣਨੇ ਸ਼ੁਰੂ ਹੋਏ, ਹੋਰ ਦੀਗਰ ਚੀਜ਼ਾਂ ਜਿਹੜੀਆਂ ਵੀ ਹੋਈਆਂ ਮੈਂ ਹੁਣ ਕਰਾਂਗਾ ਤਾਂ ਤਫਸੀਲ ਬਹੁਤ ਲੰਬੀ ਆ। ਇਹ ਹੁਣ ਇਹਨੂੰ ਗੌਰ ਨੂੰ ਅਨੈਲਿਸਿਸ ਕੀਤਾ ਜਾਵੇ। ਇਮਰਾਨ ਖਾਨ ਸਾਹਿਬ ਜਦੋਂ ਗਏ ਆ ਅਤੇ $16.5 billion ਪਾਕਿਸਤਾਨ ਦੇ ਅੰਦਰ ਮੌਜੂਦ ਸੀ, ਇੱਥੋਂ ਮੇਰੀ ਕੌਮ ਸੋਚਣਾ ਸ਼ੁਰੂ ਕਰੇ ਕਸੂਰ ਕਿਹਦਾ, ਮੇਰੇ ਨਾਲ ਕੀ ਹੋਇਆ, ਤੁਹਾਡੇ ਨਾਲ ਕੀ ਹੋਇਆ, ਪਾਕਿਸਤਾਨ ਨਾਲ ਕੀ ਹੋਇਆ, ਇਹਨਾਂ 28 ਮਹੀਨਿਆਂ ਨੇ ਪਾਕਿਸਤਾਨ ਦੀ ਤਾਰੀਖ ਬਦਲਤੀ, ਇਹ ਕਿਉਂ ਹੋਇਆ, ਔਰ ਹੁਣ ਇਹ ਗਿਲਾ ਕਰਨਗੇ ਸਾਡੇ ਨਾਲ ਜ਼ਿਆਦਾ ਹੋ ਰਹੀ ਆ ਜਾਂ ਆਵਾਮ ਸਾਡੇ ਤੋਂ ਦੂਰ ਹੋ ਰਹੀ ਆ, ਇਹ ਫੈਸਲਾ ਮੇਰੀ ਕੌਮ ਵੀ ਕਰੇ ਅਤੇ ਮੇਰੇ ਪਾਕਿਸਤਾਨ ਦੇ ਇਹ ਨੂਨ ਲੀਗ ਦੇ ਪੀਪਲ ਪਾਰਟੀ ਦੇ ਅਤੇ ਦੂਸਰੇ ਤੀਸਰੇ ਜਨਾਬ MKM ਮਹਾਜਰਾਂ ਦੀ ਜਿਹੜੀ ਮੁਹਾਫਜ਼ ਜਮਾਤ ਆ ਉਹ ਵੀ ਸੋਚੇ ਕਿ ਅਸੀਂ ਇਹਨਾਂ ਆਵਾਮ ਨਾਲ ਕੀ ਕੀਤਾ, ਆਵਾਮ ਨੇ ਸਾਡੇ ਨਾਲ ਕੀ ਕੀਤਾ, ਇਹ ਹੁਣ ਗੱਲ ਦਾ ਅਨੈਲਿਸਿਸ ਕਰਦੇ ਅਤੇ ਆਉਣ ਵਾਲਾ ਵਕਤ ਜਿਹੜਾ ਸਾਡੇ ਵਾਸਤੇ ਕਿੱਦਾਂ ਦਾ ਨਜ਼ਰ ਆਏਗਾ। ਬਹੁਤ ਸੀਰੀਅਸ ਗੱਲ ਆ, ਪਾਕਿਸਤਾਨ ਦੇ ਅੰਦਰ ਬਿਜਲੀ, ਖਾਣੇ ਪੀਣੇ ਵਾਲੀ ਚੀਜ਼ਾਂ, ਜੋ ਹੋਰ ਚੀਜ਼ਾਂ ਉਹਨਾਂ ਦੇ ਰੇਟ, ਪੈਟਰੋਲ ਦਾ ਰੇਟ, ਡਾਲਰ ਦਾ ਰੇਟ, ਪਾਕਿਸਤਾਨ ਦੀ ਜਿਹੜੀ ਸਰਮਾਇਆਕਾਰੀ ਆ ਰਹੀ ਸੀ, ਪਾਕਿਸਤਾਨ 'ਚ ਫੈਕਟਰੀਆਂ ਲੱਗ ਰਹੀਆਂ ਸੀ, ਉਹ ਸਾਰੀਆਂ ਜਿਸਲੇ ਇਹ ਆਏ ਆ ਉਸ ਤੋਂ ਬਾਅਦ ਬ੍ਰੇਕ ਲੱਗ ਗਈ। $16 billion ਪਾਕਿਸਤਾਨ ਦੇ ਅੰਦਰ ਮੌਜੂਦ ਸੀ ਸਟੇਟ ਬੈਂਕ ਦੇ ਅੰਦਰ, $31 billion ਦੇ ਜਿਹੜੇ ਆ ਫੋਰਨ ਰੈਮਿਟੈਂਸਿਸ ਜਿਹੜੇ ਆ ਉਹ ਮੌਜੂਦ ਸੀ। ਅਚਾਨਕ 6-7 ਮਹੀਨੇ ਦੇ ਵਿੱਚ ਕਾਲ ਪੈ ਗਿਆ ਪਾਕਿਸਤਾਨ ਦੇ ਅੰਦਰ, ਪਾਕਿਸਤਾਨ ਮਾਈਨਸ ਜਾਣਾ ਸ਼ੁਰੂ ਹੋ ਗਿਆ, ਔਰ ਉਸ ਤੋਂ ਬਾਅਦ ਜਿਹੜਾ ਵਾ ਪਾਕਿਸਤਾਨ ਦੇ ਵਿੱਚ ਮਹਿੰਗਾਈ ਦਾ ਇੱਕ ਅੰਗੜਾਈ ਲੈਣੀ ਸ਼ੁਰੂ ਕੀਤੀ, ਔਰ ਮਹਿੰਗਾਈ ਨੇ ਅੰਗੜਾਈ ਲੈ ਕੇ ਪਾਕਿਸਤਾਨ ਦੀ ਜਿਹੜੀ ਇੰਡਸਟਰੀ ਉਹਨੂੰ ਡਿਸਟਰਬ ਕੀਤਾ, ਪਾਕਿਸਤਾਨ ਦੀ ਆਵਾਮ ਨੂੰ ਡਿਸਟਰਬ ਕੀਤਾ, ਪਾਕਿਸਤਾਨ ਦਾ ਜਿਹੜਾ ਸਰਕਾਰੀ ਤਬਕਾ ਉਹਨੂੰ ਡਿਸਟਰਬ ਕੀਤਾ, ਸਫੈਦ ਪੋਸ਼ ਨੂੰ ਡਿਸਟਰਬ ਕੀਤਾ, ਕਿਸਾਨ ਨੂੰ ਡਿਸਟਰਬ ਕੀਤਾ, ਉਹ ਟੈਕਸਟਾਈਲ ਇੰਡਸਟਰੀ ਜਿਹਦੇ ਵਿੱਚ ਬੰਦੇ ਨਹੀਂ ਲੱਭਦੇ ਸੀ, ਅੱਜ ਫੈਸਲਾਬਾਦ 'ਚ ਨਾ ਮਿੱਲਾਂ ਲੱਭਦੀਆਂ ਅਤੇ ਨਾ ਬੰਦੇ ਲੱਭਦੇ ਜਿਹੜੇ ਕੰਮ ਕਰ ਲੈਣ, ਫੈਕਟਰੀਆਂ ਬੰਦ, ਬੰਦੇ ਜਿਹੜੇ ਆ ਬੇਰੁਜ਼ਗਾਰ, ਔਰ ਇਸ ਤੋਂ ਇਲਾਵਾ ਗੁਜਰਾਂਵਾਲਾ ਸਿਆਲਕੋਟ ਉਹ ਵੀ ਤਬਾਹੀ ਦਾ ਸ਼ਿਕਾਰ, ਕਰਾਚੀ ਦਾ ਹੱਬ ਏਰੀਆ ਉਹ ਤਬਾਹੀ ਦਾ ਸ਼ਿਕਾਰ, 4 ਇੰਡਸਟਰੀਅਲ ਜ਼ੋਨ ਜਿਹੜੇ ਆ ਉੱਥੇ ਕੰਮ ਰੁਕ ਗਏ, ਚਾਈਨਾ ਇੱਥੋਂ ਬਿਸਤਰਾ ਬੰਨ ਕੇ ਚਲਾ ਗਿਆ, ਜਿਹੜੀਆਂ ਸੜਕਾਂ ਬਣ ਰਹੀਆਂ ਸੀ ਉਹ ਬੰਦ ਹੋ ਗਈਆਂ, ਜਿਹੜਾ ਰੇਲਵੇ ਦਾ ਨਿਜ਼ਾਮ ਹੋ ਰਿਹਾ ਸੀ ਉਹ ਬੰਦ ਹੋ ਗਿਆ, ਜਹਾਜ਼ ਕਦੀ ਪਾਕਿਸਤਾਨ ਦੀ ਤਾਰੀਖ 'ਚ ਆ ਕੇ ਲੰਗਰ ਅੰਦਾਜ਼ ਖੁੱਲ੍ਹੇ ਸਮੁੰਦਰ 'ਚ ਨਹੀਂ ਹੋਏ ਸੀ, ਉਹ ਵੀ ਹੋਏ, ਡਾਲਰ ਜਿਹੜਾ ਵਾ ਉਹਦਾ ਖੇਲ ਇੱਕ ਖੇਲਿਆ ਗਿਆ, ਉਹ ਇੱਕ ਅਲੱਗ ਕਹਾਣੀ ਆ, ਔਰ ਇਹਦੇ ਨਾਲ ਨਾਲ ਮੀਡੀਆ ਨੂੰ ਜਿਹੜਾ ਪੈਸਾ ਦਿੱਤਾ ਗਿਆ, ਜੋ ਕੁਛ ਕੀਤਾ ਗਿਆ ਇਹ ਆਪਣੀ ਪ੍ਰੋਜੈਕਸ਼ਨ ਵਾਸਤੇ ਅਤੇ ਸਾਰੇ ਕੰਮ ਕਰਦਾ ਰਿਹਾ। ਗੁਜ਼ਸ਼ਤਾ ਦਿਨਾਂ 'ਚ 10 crore ਦੀ ਗੱਡੀ ਜਿਹੜੇ ਸਪੀਕਰ ਸਾਹਿਬ ਆ ਪਾਕਿਸਤਾਨ ਦੇ ਬੜੇ ਸੂਬੇ ਪੰਜਾਬ ਦੇ ਉਹਨਾਂ ਵਾਸਤੇ ਲਿਆ ਗਿਆ, ਔਰ ਉਹਨਾਂ ਦੇ ਗਾਰਡ ਵਾਸਤੇ ਵੀ ਘੁਟਾਲੇ ਜਿਹੜੇ 2-3 ਜੋ ਮੁਬੈਨਾ ਤੌਰ 'ਤੇ ਜਿਹੜੀ ਖਬਰ ਆਈ ਆ ਉਹਦੇ ਵਿੱਚ ਦੱਸਿਆ ਗਿਆ ਕਿ ਉਹ ਲੈ ਗਏ ਆ,
ਕਿਤਨੀ ਸਦਾਕਤ ਆ ਕਿਤਨੀ ਨਹੀਂ ਆ ਇਹ ਅੱਲਾਹ ਤਾਲਾ ਜਾਣਦਾ ਜੀ। ਬਹਰਹਾਲ ਕਿ ਖਬਰ ਮੈਂ ਤੁਹਾਨੂੰ ਦੇ ਦਿੱਤੀ ਆ। ਔਰ ਉਸ ਤੋਂ ਇਲਾਵਾ ਜਿਹੜੀ ਗੱਲਬਾਤ ਆ ਕਿ ਪਾਕਿਸਤਾਨ ਦੀ ਆਵਾਮ ਜਿਹਨੂੰ ਇਹਨਾਂ ਨੇ ਕਿਹਾ ਸੀ ਕਿ ਅਸੀਂ ਰਿਲੀਫ ਦੇਵਾਂਗੇ, ਕਿਆ ਉਹ ਰਿਲੀਫ ਮੇਰੀ ਆਵਾਮ ਨੂੰ ਮਿਲਿਆ? ਕਿਆ ਬਿਜਲੀ ਸਸਤੀ ਕੀਤੀ? ਕਿਆ ਡਾਲਰ ਸਸਤਾ ਹੋਇਆ? ਕਿਆ ਪੈਟਰੋਲ ਸਸਤਾ ਹੋਇਆ? ਕਿਆ ਆਟਾ ਸਸਤਾ ਹੋਇਆ? ਕਿਆ ਤੁਹਾਨੂੰ ਗੈਸ ਸਸਤੀ ਮਿਲਣੀ ਸ਼ੁਰੂ ਹੋ ਗਈ? ਕਿਆ ਪਾਕਿਸਤਾਨ ਦੇ ਵਿੱਚ ਤੁਹਾਡੇ ਤੁਸੀਂ ਟੈਕਸ ਨੈੱਟ 'ਤੇ ਜਿਹੜਾ ਤੁਹਾਡੇ 'ਤੇ ਬੋਝ ਪਾਇਆ ਗਿਆ ਉਹਦੇ ਨਾਲ ਜਿਹੜੀਆਂ ਖਾਣੇ ਪੀਣ ਵਾਲੀਆਂ ਚੀਜ਼ਾਂ ਤਮਾਮ ਚੀਜ਼ਾਂ ਉਹ ਮਹਿੰਗੀਆਂ ਹੋਈਆਂ, ਮਜ਼ੀਦ ਟੈਕਸ ਲਾ ਰਹੇ ਆ, ਲਗਾਤਾਰ ਲਾਈ ਜਾ ਰਹੇ ਆ, IMF ਦੇ ਕਹਿਣ ਦੇ ਉੱਤੇ ਲਾਈ ਜਾ ਰਹੇ ਆ, ਇਹ ਸਾਰਾ ਕੁਛ ਕਰਦੇ 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 ਅੱਜ ਨੌਬਤ ਇਹ ਆ ਗਈ, ਖਜ਼ਾਨਾ ਵੀ ਪਰੇਸ਼ਾਨ ਹਾਲ, ਲੋਕਾਂ ਦੇ ਪੈਸੇ ਪਏ ਆ ਅਤੇ ਮੁੱਛਾਂ ਨੂੰ ਤੇਲ ਲਾ ਕੇ ਅਸੀਂ ਬ੍ਰਾਂਡਡ ਸੂਟ ਪਾ ਕਹਿੰਦੇ ਚੌਧਰੀ ਸਾਹਿਬ। ਇਹ ਸਾਰਾ ਕੁਛ ਕੀਤਾ, ਇਹਦੇ ਨਾਲ ਨਾਲ ਜਿਹੜੀ ਸਭ ਤੋਂ ਅਹਿਮ ਗੱਲ ਆ ਉਹ ਇਹ ਜਬਰ ਤਸ਼ੱਦਦ ਦਾ ਜਿਹੜਾ ਬਾਜ਼ਾਰ ਇੱਕ ਗਰਮ ਹੋਇਆ, ਇਹਨਾਂ ਨੇ ਕਿਹਾ ਹਰ ਸ਼ੈਅ ਨੂੰ ਅਸੀਂ ਫਨਾ ਕਰ ਦਿਆਂਗੇ, ਅਸੀਂ ਰਗੜ ਦਿਆਂਗੇ ਹਰ ਸ਼ੈਅ ਨੂੰ। ਉਹ ਰਗੜਦੇ 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 28 ਮਹੀਨਿਆਂ 'ਚ ਇਹਨਾਂ ਨੇ ਕਿਹੜਾ ਜ਼ੁਲਮ ਆ ਜਿਹੜਾ ਨਹੀਂ ਕੀਤਾ, ਔਰਤ ਦੀ ਜਿਹੜੀ ਆ ਤਦਲੀਲ ਨਹੀਂ ਕੀਤੀ। ਕੱਲ੍ਹ ਜਿਹੜੀ ਬੱਚੀ ਉਹ ਪਾਕਿਸਤਾਨ ਤਹਿਰੀਕ ਇਨਸਾਫ ਦੀ ਉਹ ਹੋਸਟਲ 'ਚ ਚੁੱਕੀ ਗਈ, ਇਸੇ ਤਰ੍ਹਾਂ ਹੀ ਜਿਹੜੇ ਪਾਕਿਸਤਾਨ ਤਹਿਰੀਕ ਇਨਸਾਫ ਦੇ 10,000 ਕਾਰਕੁਨ ਉਹਦਾ ਲੀਡਰ, ਉਹਦੇ ਜਿਹੜੇ MNA MPA ਉਹਨਾਂ ਦੇ ਨਾਲ ਜੋ ਕੁਛ ਹੋਇਆ। ਔਰ ਜ਼ਰਤਾਜ ਗੁੱਲ ਜਿਹੜੀ ਆ 2-3 ਦਿਨ ਪਹਿਲੇ ਆਪਣੇ ਘਰ 'ਚ ਇੱਕ ਫੰਕਸ਼ਨ ਕੀਤਾ ਸੀ, ਉੱਥੇ ਪੁਲਿਸ ਵੜ ਗਈ। ਇਹ ਪੁਜ਼ੀਸ਼ਨ ਜਦੋਂ ਹੋਇਆ, ਜਿਸ ਮੁਹੱਲੇ ਦੇ ਅੰਦਰ ਤੁਸੀਂ ਜ਼ਬਰ ਕੀਤਾ ਉਹ ਮੁਹੱਲਾ ਤੁਹਾਡੇ ਖਿਲਾਫ਼ ਹੋ ਗਿਆ, ਜਿਸ ਸ਼ਹਿਰ 'ਚ ਤੁਸੀਂ ਜ਼ਬਰ ਕੀਤਾ ਉਹ ਸ਼ਹਿਰ ਤੁਹਾਡੇ ਖਿਲਾਫ਼ ਹੋ ਗਿਆ, ਜਿਸ ਸ਼ਹਿਰ 'ਚ ਪੁਲਿਸ ਨੇ ਆਪਣਾ ਡੰਗਾ ਮਨਵਾਇਆ ਤੁਹਾਡੇ ਕਹਿਣ ਦੇ ਉੱਤੇ, ਉਹ ਪੁਲਿਸ ਆਪਣੇ ਗਿਰਬਾਨ 'ਚ ਖੁਦ ਸੋਚੇ ਕਿਆ ਜੋ ਕੁਛ ਉਹ ਕਿਸੇ ਦੀ ਬੱਚੀ ਨਾਲ ਕਰ ਰਹੇ, ਅਗਰ ਉਹੀ ਕੁਛ ਉਹਦੀ ਬੱਚੀ ਨਾਲ ਹੋਵੇ ਤਾਂ ਉਹ ਪੁਲਿਸ ਵਾਲੇ ਨੇ ਅਗਰ ਸਿਰ ਚੁੱਕ ਕੇ ਜ਼ਮਾਨੇ 'ਚ ਚੱਲ ਸਕਦਾ ਤਾਂ ਮੈਨੂੰ ਦੱਸ ਦੇਵੇ। ਅਗਰ ਜਿੰਨੇ ਵੀ ਉਹ ਬੱਚੇ ਜਿਹੜੇ ਵੀ ਲੋਕ ਇੱਧਰ ਉੱਧਰ ਕਰਦੇ ਉਹ ਸੋਚਣ ਕਿ ਚਲੋ ਬੰਦਿਆਂ ਨਾਲ ਤਾਂ ਜਿਹੜੀ ਗੱਲ ਹੋਈ, ਜਿਹੜੀ ਔਰਤਾਂ ਨਾਲ ਤੁਸੀਂ ਕਰ ਰਹੇ ਹੋ ਇਹ ਮੁਆਸ਼ਰੇ ਦੇ ਅੰਦਰ ਕੀ ਅਸਰ ਪਿਆ ਰਿਹਾ? ਜਿਹੜਾ ਪਾਕਿਸਤਾਨ ਤਹਿਰੀਕ ਇਨਸਾਫ ਦਾ ਲੀਡਰ ਆ ਉਹਦੇ 'ਤੇ ਉਹ ਇੱਦਤ ਕੇਸ ਵਾਲਾ ਇੱਕ ਗੰਦਾ ਜਿਹਾ ਕੇਸ ਬਣਾ ਕੇ ਉਹ ਤੁਸੀਂ ਪੂਰੀ ਦੁਨੀਆ 'ਚ ਥੂ ਕਰਾਈ, ਉਹਦੇ 'ਤੇ ਝੂਠੇ ਮੁਕਦਮਾਤ, ਜਿਹੜੇ ਦੁਨੀਆ ਪੂਰੀ ਕਹਿੰਦੀ ਆ ਵੀ ਝੂਠੇ ਮੁਕਦਮਾਤ ਆ, ਤੁਸੀਂ ਉਹਨਾਂ 'ਚ ਉਹਨਾਂ ਨੂੰ ਸਜ਼ਾ ਦਿੱਤੀ, ਸਭ ਕੁਛ ਕੀਤਾ। ਇਹ ਸਾਰੀਆਂ ਗੱਲਾਂ ਜਦੋਂ ਜਮ੍ਹਾਂ ਤਫਰੀਕ ਕੀਤੀਆਂ ਜਾਣ ਅਤੇ ਆਉਣ ਵਾਲੇ ਵਕਤ ਦੇ ਵਿੱਚ ਅਗਰ ਇਹ ਕਹਿਣ ਕਿ ਆਵਾਮ ਜਿਹੜੀ ਆ ਸਾਡੇ ਤੋਂ ਦੂਰ ਹੋ ਰਹੀ ਆ, ਇਮਰਾਨ ਖਾਨ ਜਿਹੜੇ ਆ ਉਹ ਇੱਕ ਫਿਤਨਾ ਵਾ, ਇਮਰਾਨ ਖਾਨ ਫਿਤਨਾ ਨਹੀਂ ਹੈ। ਦੇਖੋ ਕੋਈ ਵੀ ਬੁਰਾਈ ਆ, ਕੋਈ ਬੰਦਾ ਵਾ ਤੁਹਾਡੇ ਦਰਵਾਜ਼ੇ ਦੇ ਉੱਤੇ ਆ ਜਾਏ, ਜਿੱਦਾਂ ਹੁਣ ਡੀਲ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਵਾ ਇਹਨਾਂ ਨੇ ਕਿ ਇਮਰਾਨ ਖਾਨ ਸਾਹਿਬ ਨੇ ਪੈਗਾਮ ਦਿੱਤਾ ਵਾ, ਕਹਿਤਾ ਡੀਲ ਹੋ ਗਈ, ਅਗਰ ਲੜਾਈ ਹੋਈ ਹੋਵੇ ਆਹਮਣੇ ਸਾਹਮਣੇ ਦੋ ਦਰਵਾਜ਼ੇ ਮਹੱਲੇਦਾਰਾਂ ਦੀ ਅਤੇ ਉਹਦੇ ਵਿੱਚ 2-3 ਬੰਦੇ ਆ ਕੇ ਖੜ੍ਹੇ ਹੋ ਜਾਣ ਵੀ ਅਸੀਂ ਜਿਹੜੇ ਹਾਂ ਅਸੀਂ ਪ੍ਰਧਾਨ ਮੰਤਰੀ ਹਾਂ, ਅਸੀਂ ਤੁਹਾ ਜਿਹੜਾ ਵਾ ਅਸੀਂ ਠੇਕਾ ਲਿਆ ਇਸ ਮਹੱਲੇ ਦਾ, ਉਹ ਜਨਾਬ ਅਗਰ ਤੁਸੀਂ ਦਰਵਾਜ਼ੇ 'ਤੇ ਨਿਕਲੇ ਕਿ ਭਾਈ ਤੁਹਾਡਾ ਨਾ ਉਹਨਾਂ ਨਾਲ ਕੋਈ ਝਗੜਾ ਨਾ ਮੇਰੇ ਨਾਲ ਕੋਈ ਝਗੜਾ, ਤੁਸੀਂ ਆਪਣੇ ਘਰ ਜਾਓ, ਅਸੀਂ ਜਾਣੀਏ ਅਤੇ ਇਹ ਜਾਣੀਏ, ਇਹ ਗੱਲ ਅਗਰ ਕੋਈ ਕਹਿ ਦੇਵੇ ਤਾਂ ਉਹ ਡੀਲ ਨਹੀਂ ਹੁੰਦੀ ਵੀ ਉਹ ਜੀ ਭਾਈ ਬਾਹਰ ਨਿਕਲਿਆ ਉਹਨੇ ਮਿੰਨਤਾਂ ਕਰ ਲਈਆਂ, ਉਹ ਮਿੰਨਤਾਂ ਨਹੀਂ, ਉਹਨੇ ਸਮਝਾਇਆ ਕਿ ਸਾਡਾ ਤਾਂ ਮਾਮਲਾ ਮਹੱਲੇਦਾਰੀ ਦਾ, ਅਸੀਂ ਤਾਂ ਫਿਰ ਇਕੱਠੇ ਹੋ ਜਾਣਾ, ਮਰਨ ਜੀਣ ਸਾਡਾ ਇੱਕੋ ਜਿਹਾ, ਅਤੇ ਤੁਸੀਂ ਭਾਈਜਾਨ ਜਾਓ। ਉਹ ਉਸ ਗੱਲ ਨੂੰ ਉਹ ਡੀਲ ਵਾਲਾ ਇਸ਼ੂ ਬਣਾ ਲਿਆ ਗਿਆ। ਬਹਰਹਾਲ ਕਿ ਇਹ ਸਾਰੇ ਕਾਰੋਬਾਰ ਦੇ ਅੰਦਰ ਜੋ ਕੁਛ ਇਹਨਾਂ ਨੇ ਜਮ੍ਹਾਂ ਤਫਰੀਕ ਕੀਤਾ, ਜੋ ਕੁਛ ਇਹਨਾਂ ਨੇ ਜ਼ੁਲਮ ਕੀਤਾ, ਸਭ ਤੋਂ ਬੜਾ ਜਿਹੜਾ ਇਹਨਾਂ ਦੀ ਜਿਹੜੀ ਆ ਸਿਆਸੀ ਤਾਬੂਤ ਉਹਦੇ 'ਚ ਕਿੱਲ ਇਹਨਾਂ ਨੇ ਆਪ ਠੋਕਿਆ, ਜੋ ਆ ਤਬਾਹੀ ਕੀਤੀ, ਜੋ ਆ ਸਮਝ ਲਓ ਕਿ ਡਿਜੀਟਲ ਦਹਿਸ਼ਤਗਰਦੀ ਦੇ ਨਾਂ ਉੱਤੇ ਜੋ ਕੁਛ ਇਹ ਹੋਇਆ, ਜਾਂ ਜੋ ਕੁਛ ਪਾਕਿਸਤਾਨ ਤਹਿਰੀਕ ਇਨਸਾਫ ਦੇ ਵੋਟਰ ਸਪੋਰਟਰ ਨਾਲ, ਕੈਂਡੀਡੇਟ ਨਾਲ, ਔਰ ਜਿਹੜੇ ਸਹਾਫ਼ੀ ਇਹਨਾਂ ਦੀ ਲਾਈਨ ਲੈਂਦੇ ਉਹਨਾਂ ਨਾਲ ਜੋ ਕੁਛ ਹੋਇਆ, ਜਿਹਨੇ ਆਵਾਜ਼ ਕੱਢੀ ਉਹਦੇ ਨਾਲ ਉਹ ਕੁਛ ਹੋਇਆ, ਇਹ ਸਾਰੀਆਂ ਚੀਜ਼ਾਂ ਆਵਾਮ ਦੇਖ ਰਹੀ ਆ। ਆਵਾਮ ਨੇ 8 ਫਰਵਰੀ ਨੂੰ ਦੱਸਿਆ, ਉਸ ਤੋਂ ਪਹਿਲੇ ਜ਼ਿਮਨੀ ਇਲੈਕਸ਼ਨ 'ਚ ਦੱਸਿਆ, ਉਸ ਤੋਂ ਪਹਿਲੇ ਪੰਜਾਬ ਦੇ ਇਲੈਕਸ਼ਨ 'ਚ ਦੱਸਿਆ, ਇਹ ਸਾਰਾ ਕੁਛ ਦੱਸਿਆ ਆਵਾਮ ਦੇ ਨਾਲ ਨਾਲ ਚਾਈਨਾ ਨੇ ਦੱਸਿਆ,
ਸਾਊਦੀ ਅਰਬ ਨੇ ਦੱਸਿਆ, ਦੁਬਈ ਨੇ ਦੱਸਿਆ, ਅਮਰੀਕਾ ਨੇ ਹੁਣ ਆ ਕੇ ਆਪਣਾ ਕਾਰੋਬਾਰ ਜਦੋਂ ਦੇਖਿਆ ਕਿ ਸਾਡਾ ਵੀ ਕੰਮ ਖਰਾਬ ਹੁੰਦਾ ਜਦੋਂ ਆਵਾਮ ਸਾਰੀ ਖਿਲਾਫ ਆ ਤਾਂ ਅਸੀਂ ਕਿੱਧਰ ਨੂੰ ਜਾਣਾ, ਅਮਰੀਕਾ ਨੇ ਵੀ ਇਹਨਾਂ ਨੂੰ ਦੱਸਣਾ ਸ਼ੁਰੂ ਕਰਤਾ, ਬਰਤਾਨੀਆ ਨੇ ਵੀ ਇਹਨਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ, ਔਰ ਖਜ਼ਾਨਾ ਜਿਹੜਾ ਉਹਨੇ ਵੀ ਦੱਸਣਾ ਸ਼ੁਰੂ ਕਰਤਾ ਕਿ ਤੁਸੀਂ ਜੋ ਕੁਛ ਸਾਡੇ ਨਾਲ ਕੀਤਾ ਇਸ ਮੁਲਕ ਨਾਲ ਕੀਤਾ, ਮੈਨੂੰ ਦੱਸੋ ਕਿ 70% ਆਬਾਦੀ ਕਿਸਾਨ ਜਿਹੜਾ ਉਹ ਤਬਾਹ, ਗਰੀਬ ਬਿੱਲ ਨਹੀਂ ਦੇ ਸਕਦਾ ਉਹ ਤਬਾਹ, ਸਫੈਦਪੋਸ਼ ਜਿਹੜਾ ਉਹ ਘਰ ਨਹੀਂ ਚਲਾ ਸਕਦਾ ਉਹ ਤਬਾਹ, ਬੱਚਾ ਉਹਦਾ ਸਕੂਲ ਨਹੀਂ ਜਾ ਸਕਦਾ ਉਹ ਤਬਾਹ, ਉਹਦਾ ਬੱਚਾ ਜਿਹੜਾ ਅੰਗਰੇਜ਼ੀ ਸਕੂਲ 'ਚ ਪੜ੍ਹਦਾ ਸੀ ਉਹ ਟਾਟ ਵਾਲੇ ਸਕੂਲ 'ਚ ਆ ਗਿਆ, ਟਾਟ ਵਾਲੇ ਸਕੂਲ ਵਾਲਾ ਬੱਚਾ ਜਿਹੜਾ ਉਹ ਬਾਹਰ ਚਲਾ ਗਿਆ, ਜਿਹੜਾ ਬਾਹਰ ਗਿਆ ਉਹ ਜਿਹੜਾ ਬੱਚਾ ਬਾਹਰ ਗਿਆ ਉਹ ਮਕੈਨਿਕਾਂ 'ਤੇ ਚਲਾ ਗਿਆ, ਔਰ ਇਹ ਫਰਕ ਪਿਆ ਪਾਕਿਸਤਾਨ ਦੀ ਮੁਸ਼ਤ ਤਬਾਹ ਕੀਤੀ, ਕਿਉਂ ਕੀਤੀ? ਹੁਣ ਗੱਲ ਇਹ ਆ, ਅਮਰੀਕਾ ਦਾ ਹੁਕਮ ਸੀ ਕਿ ਜੋ ਟ੍ਰੇਡ ਕਰਨੀ ਚਾਈਨਾ ਤੋਂ ਹਟ ਕੇ ਕਰਨੀ, ਭਾਰਤ ਦੇ ਨਾਲ ਤੁਸੀਂ ਤਜਾਰਤ ਕਰਨੀ ਆ, ਜਿੱਦਾਂ ਕਣਕ ਮੰਗਾਈ ਯੂਕਰੇਨ 'ਚੋਂ ਮੰਗਾਈ, ਆਪਣੀ ਕਣਕ ਸਿਰ 'ਤੇ ਪਈ, ਕਣਕ ਯੂਕਰੇਨ 'ਚੋਂ ਮੰਗਾ ਲਈ, ਕਿਉਂ ਮੰਗਾਈ ਗਈ? ਸਿਰਫ ਇਸ ਵਾਸਤੇ ਕਿ ਹੁਕਮ ਸੀ ਕਿ ਉਹਨਾਂ ਨੂੰ ਡਾਲਰਾਂ ਦੀ ਜ਼ਰੂਰਤ ਆ, ਤੁਸੀਂ ਉਹਨਾਂ ਨੂੰ ਡਾਲਰ ਦਿਓ ਅਤੇ ਆਪਣੇ ਬੰਦੇ ਜਿਹੜੇ ਉਹਨਾਂ ਨੂੰ ਫੈਲਾ ਦਿਓ। ਇਸੇ ਤਰ੍ਹਾਂ ਹੀ ਜਿਹੜੇ ਪਾਕਿਸਤਾਨ ਦਾ 70% ਕਿਸਾਨ ਆ ਉਹ ਜਿਹੜਾ ਵਾ ਉਹ ਫਾਹੇ ਲੱਗ ਜਾਵੇ, ਅਤੇ ਭਾਰਤ ਦੇ ਕਿਸਾਨ ਨੂੰ ਜਿਹੜਾ ਵਾ ਅਸੀਂ ਤਰੱਕੀ ਦੇਣੀ ਆ, ਉੱਥੇ ਡਾਲਰ ਭੇਜਣੇ ਆ, ਉਹਨੂੰ ਚਾਈਨਾ ਦੇ ਮੁਕਾਬਲੇ 'ਚ ਬੜਾ ਕਰਨਾ ਵਾ। ਜਿਹੜਾ ਇਹ ਮੁਲਕਾਂ ਦੇ ਅੰਦਰ ਰਜੀਮ ਚੇਂਜ ਹੋਇਆ, ਜਿਸ ਤਰ੍ਹਾਂ ਪਾਕਿਸਤਾਨ ਦੇ ਅੰਦਰ ਰਜੀਮ ਚੇਂਜ ਹੋਇਆ, ਸ਼੍ਰੀਲੰਕਾ ਦੇ ਅੰਦਰ ਤਬਾਹੀ ਫੇਰੀ ਗਈ, ਹਕੂਮਤਾਂ ਬਦਲੀਆਂ, ਹੁਣ ਬੰਗਲਾਦੇਸ਼ ਦੀ ਵਾਰੀ ਆਈ ਆ, ਈਰਾਨ ਦੇ ਉੱਤੇ ਵੈਸੇ ਸਖਤੀ ਆਈ ਆ, ਇਹ ਸਾਰੇ ਮੁਲਕ ਜਿਹੜੇ ਆ ਇਹਨਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ, ਮੁਆਸ਼ੀ ਤੌਰ 'ਤੇ ਪਲਾਂਟਡਲੀ ਕਮਜ਼ੋਰ ਕੀਤਾ ਜਾ ਰਿਹਾ ਕਿ ਇੱਥੇ ਜਿਹੜਾ ਵਾ ਇਹ ਇੰਨੇ ਮੁਆਸ਼ੀ ਤੌਰ 'ਤੇ ਕਮਜ਼ੋਰ ਹੋ ਜਾਣ ਕਿ ਭਾਰਤ ਦੇ ਸਾਹਮਣੇ ਜੇ ਸਿਰ ਚੁੱਕ ਕੇ ਨਾ ਜੀ ਸਕਣ। ਇਹ ਬੜੀ ਕਹਾਣੀ ਆ, ਬਹੁਤ ਦੂਰ ਦੀ ਕਹਾਣੀ ਆ। ਔਰ ਉਸ ਤੋਂ ਬਾਅਦ ਜਿਹੜਾ ਵਾ ਅਮਰੀਕਾ ਦੇ ਇੱਥੇ ਪੈਰ ਲਾਉਣ ਦਾ ਮਕਸਦ ਈਰਾਨ ਨੂੰ ਕੰਟਰੋਲ ਕਰਨਾ, ਚਾਈਨਾ ਨੂੰ ਕੰਟਰੋਲ ਕਰਨਾ, ਔਰ ਅਫਗਾਨਿਸਤਾਨ ਦੇ ਅੰਦਰ ਜਿਹੜੀ ਮੌਜੂਦਾ ਹਕੂਮਤ ਆ ਉਹਨੂੰ ਖਤਮ ਕਰਕੇ ਉੱਥੇ ਆਪਣੀ ਕੱਠਪੁਤਲੀ ਹਕੂਮਤ ਲਿਆਉਣੀ, ਤਾਂ ਕਿ ਇਹ ਪੂਰਾ ਖਿੱਤਾ ਜਿਹੜਾ ਵਾ ਉਹ ਉਹਦੇ ਕੰਟਰੋਲ 'ਚ ਆ ਜਾਵੇ। ਔਰ ਚਾਈਨਾ ਦੀ ਇਨਵੈਸਟਮੈਂਟ ਜਿੱਥੇ ਜਿੱਥੇ ਆ ਤੁਸੀਂ ਦੇਖ ਲਓ, ਉੱਥੇ ਉੱਥੇ ਜਿਹੜੀ ਆ ਅਮਰੀਕਾ ਦੀ ਵਾਰਦਾਤ ਹੋਈ ਆ, ਅਮਰੀਕਾ ਨੇ ਉੱਥੇ ਉੱਥੇ ਜਿਹੜਾ ਹਮਲਾ ਕੀਤਾ, ਹਕੂਮਤਾਂ ਚੇਂਜ ਕੀਤੀਆਂ, ਪਰੇਸ਼ਾਨ ਕੀਤਾ, ਈਰਾਨੀ ਸਦਰ ਜਿਹੜੇ ਆ ਉਹ ਸ਼ਹੀਦ ਹੋਏ, ਉਹ ਵੀ ਇੱਕ ਸਵਾਲ ਆ। ਇਹ ਬਹੁਤ ਸਾਰੇ ਸਵਾਲਾਂ ਦਾ, ਇਸ ਸਵਾਲ ਦਾ ਜਵਾਬ ਇਹ ਆ ਕਿ ਅਗਰ ਪਾਕਿਸਤਾਨ ਮੁਸਲਿਮ ਲੀਗ ਤਸੱਲੀ ਨਾ ਬਹਿ ਕੇ ਗੌਰ ਨਾ ਸੋਚੇ, ਆਪਣੀ ਗਲਤੀਆਂ ਨੂੰ ਸੋਚੇ, ਜੋ ਜਬਰ ਕੀਤਾ, ਜੋ ਤਸ਼ੱਦਦ ਕੀਤਾ, ਜੋ ਮਹਿੰਗਾਈ ਕੀਤੀ, ਜੋ ਜ਼ੁਲਮ ਕੀਤਾ, ਜੋ ਪਾਕਿਸਤਾਨ ਦਾ ਖਜ਼ਾਨਾ ਖਾਲੀ ਕੀਤਾ, ਇਹ ਸਭ ਕੁਛ ਕਰਕੇ ਬਜਾਏ ਰਿਲੀਫ ਦੇਣ ਦੇ ਪਾਕਿਸਤਾਨ ਦੀ ਆਵਾਮ ਨੂੰ ਤਕਲੀਫ ਦਿੱਤੀ, ਪਾਕਿਸਤਾਨ ਨੂੰ ਤਕਲੀਫ ਦਿੱਤੀ, ਅਦਾਰੇ ਜਿਹੜਾ ਉਹਨਾਂ ਦਾ ਜਿਹੜਾ ਇੱਕ ਵਜ਼ਾਦਾਰੀ ਸੀ ਉਹਨੂੰ ਜ਼ਾਇਆ ਕੀਤਾ। ਇਹ ਸਾਰੇ ਕਰਨ ਤੋਂ ਬਾਅਦ ਹਜੇ ਵੀ ਉਹ ਕਹਿਣ ਕਿ ਇਮਰਾਨ ਖਾਨ ਅਤੇ ਉਹਦੀ ਪਾਰਟੀ ਜਿਹੜੀ ਆ ਉਹ ਜਿਹੜੀ ਆ ਉਹਨੇ ਸਾਨੂੰ ਖਰਾਬ ਕੀਤਾ, ਬੇਸਿਕਲੀ ਉਹਨੇ ਖਰਾਬ ਨਹੀਂ ਕੀਤਾ, ਤੁਸੀਂ ਆਪਣੇ ਆਪ ਹੀ ਆਪ ਤਬਾਹ ਕੀਤਾ, ਔਰ ਆਉਣ ਵਾਲਾ ਵਕਤ ਜਿਹੜਾ ਤੁਹਾਡੇ ਵਾਸਤੇ ਜਿਹੜਾ ਉਹ ਤੰਗ ਨਜ਼ਰੀ ਦਾ, ਔਰ ਸਿਆਸੀ ਤੌਰ 'ਤੇ ਤੁਸੀਂ ਕੌਂਸਲਰ ਦੀ ਹੱਦ ਤੱਕ ਜਿਹੜਾ ਤੁਸੀਂ ਮਹਿਦੂਦ ਹੋ ਕੇ ਰਹਿ ਜਾਓਗੇ। ਬਹਰਹਾਲ ਕਿ ਵੀਡੀਓ ਲੰਬੀ ਆ, ਬਹੁਤ ਦੂਰੀ ਆ, ਇਹਦੇ 'ਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਂ ਖੁੱਲ੍ਹ ਕੇ ਬਿਆਨ ਨਹੀਂ ਕਰ ਸਕਿਆ, ਕੁਛ ਐਸੇ ਹਕਾਇਕ ਆ ਜਿਹੜੇ ਬਿਆਨ ਨਹੀਂ ਕਰ ਸਕਿਆ। ਅਗਰ ਤੁਸੀਂ ਠੰਡੇ ਦਿਮਾਗ ਨਾਲ ਸੋਚੋ, ਉਹ ਦੌਰ ਬੁਰਾ ਸੀ, ਅੱਛਾ ਸੀ, ਮੈਂ ਨਹੀਂ ਕਹਿੰਦਾ ਉਹ ਬਹੁਤ ਕੁਛ ਸੋਨੇ ਦਾ ਸੀ, ਉਹ ਜੋ ਉਸਮਾਨ ਬਜ਼ਦਾਰ ਇੱਥੇ ਕਰਦਾ ਰਿਹਾ ਉਹ ਵੀ ਤੁਹਾਡੇ ਸਾਹਮਣੇ ਆ, ਜੋ ਇਮਰਾਨ ਖਾਨ ਸਾਹਿਬ ਨੇ ਗਲਤੀਆਂ ਕੀਤੀਆਂ ਉਹ ਵੀ ਤੁਹਾਡੇ ਸਾਹਮਣੇ ਆ। ਉਸ ਵੇਲੇ ਜਿਹੜੇ ਬਹਰਹਾਲ ਕੇ ਲੋਕ ਇਹ ਕਹਿੰਦੇ ਸੀ ਕਿ ਇਮਰਾਨ ਖਾਨ ਸਾਹਿਬ ਦੀ ਸਿਆਸਤ ਆ ਉਹ ਖਤਮ ਆ, ਉਹ ਫਿਰ ਉਹਨਾਂ ਨੇ ਜੋ ਅੱਛਾਈ ਬੁਰਾਈ ਕੀਤੀ ਉਹਨਾਂ ਨੂੰ ਨਾ ਕੱਢਿਆ ਜਾਂਦਾ, ਅਤੇ ਅੱਜ ਇਹ ਸਿਆਸੀ ਤੌਰ 'ਤੇ ਤਬਾਹ ਨਾ ਹੁੰਦੇ, ਔਰ ਉਹ ਆਪਣਾ ਜਿਹੜਾ ਵਾ ਉਹਨਾਂ ਦਾ ਨਕਸ਼ਾ ਕੁਛ ਸਿਆਸੀ ਤੌਰ 'ਤੇ ਹੋਰ ਹੁੰਦਾ, ਉਹਨਾਂ ਨੂੰ ਕੱਢਿਆ ਗਿਆ। ਪਾਕਿਸਤਾਨ ਉਸ ਵੇਲੇ ਤਰੱਕੀ ਕਰ ਰਿਹਾ ਸੀ, ਇਹ ਗੱਲ ਸੀ, ਕਿਸਾਨ ਖੁਸ਼ਹਾਲ ਸੀ, ਆਵਾਮ ਨੂੰ ਰਿਲੀਫ ਮਿਲ ਰਿਹਾ ਸੀ, ਔਰ ਉਸ ਵਕਤ ਪਾਕਿਸਤਾਨ ਦੇ ਉਸ ਵਜ਼ੀਰ ਆਜ਼ਮ ਨੂੰ ਕੱਢਿਆ ਗਿਆ ਜਿਹੜਾ ਬਗੈਰ ਕਿਸੇ ਗੈਰ ਮੁਲਕੀ ਅਮਦਾਦ ਤੋਂ ਮੁਲਕ ਨੂੰ ਤਰੱਕੀ ਦੀ ਸ਼ਾਰਾ 'ਤੇ ਲੈ ਕੇ ਚੱਲ ਰਿਹਾ ਸੀ, ਪੈਸਾ ਵੀ ਆ ਰਿਹਾ ਸੀ, ਇੰਡਸਟਰੀ ਵੀ ਲੱਗ ਰਹੀ ਸੀ, ਔਰ ਬੜੇ ਬੜੇ ਪਲਾਂਟ ਜਿਹੜੇ ਉਹ ਪਾਕਿਸਤਾਨ 'ਚ ਆ ਰਹੇ ਸੀ, ਔਰ ਦੁਨੀਆ ਜਿਹੜੀ ਆ ਇਨਵੈਸਟਮੈਂਟ ਕਰ ਰਹੀ ਸੀ, ਪਾਕਿਸਤਾਨ ਦਹਿਸ਼ਤਗਰਦੀ ਤੋਂ ਸਿਆਹਤ ਵਾਲੇ ਪਾਸੇ ਚਲਾ ਗਿਆ ਸੀ।
ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਇਹਨਾਂ ਨੂੰ ਸੋਚਣੀਆਂ ਚਾਹੀਦੀਆਂ, ਜਿਹਦੀ ਵਜ੍ਹਾ ਦੇ ਨਾਲ ਇਹਨਾਂ ਦੀ ਸਿਆਸਤ ਤਿੰਨਾਂ ਘਰਾਂ ਦੀ, ਪੀਪਲ ਪਾਰਟੀ, ਨੂਨ ਲੀਗ ਅਤੇ ਐਮ ਕਿਊਮ ਦੀ, ਆਉਣ ਵਾਲੇ ਵਕਤ ਦੇ ਵਿੱਚ ਇੱਕ ਸਵਾਲੀਆ ਨਿਸ਼ਾਨ ਹੋਏਗੀ। ਵੀਡੀਓ ਲੰਬੀ ਹੋ ਗਈ ਹੈ, ਖੁਦਾ ਹਾਫਿਜ਼।